ਅਸੀਂ ਐਡਿਸਪੇਅਰ ਇੰਸਟੀਚਿਊਟ 'ਚ ਖੜੇ ਹਾਂ ਅਤੇ ਇਹਨਾਂ ਦੇ ਮੁੰਡੇ ਨੇ ਸਾਡੇ ਕੋਲ ਕੋਚਿੰਗ ਲਿੱਤੀ ਹੈ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਦੱਸ ਸਕਦੇ ਹੋ ਸਾਡੇ ਸਟੂਡੈਂਟਸ? ਹਾਂਜੀ, ਮੇਰਾ ਨਾਮ ਗੁਰਮੇਲ ਸਿੰਘ ਸਿੱਧੂ, ਸਾਡੇ ਭਤੀਜੇ ਨੇ ਦੀਪਕ ਸਿੰਘ ਸਿੱਧੂ ਨੇ ਇੱਥੋਂ ਕੋਚਿੰਗ ਲਈ ਸੀ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿ ਉਹਦੀਆਂ 3 ਸਿਲੈਕਸ਼ਨਾਂ ਹੋ ਗਈਆਂ। 1 ਸਿਲੈਕਸ਼ਨ ਹੋਈ ਐਸ ਐਸ ਬੋਰਡ ਪੰਜਾਬ ਦੇ ਵਿੱਚ, 2 ਸਿਲੈਕਸ਼ਨਾਂ ਹੋਈਆਂ ਉਹਦੀਆਂ ਪੰਜਾਬ ਪੌਲਿਸ ਸਰਵਿਸ ਕਮਿਸ਼ਨ ਪਟਿਆਲੇ ਵਿੱਚ, ਜਿਹਦੇ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਉਹਨਾਂ ਨੇ ਨੌਕਰੀ ਜੁਆਇਨ ਕਰ ਲਈ ਆ। 1 ਸਿਲੈਕਸ਼ਨ ਕੱਲ੍ਹ ਹੋਈ ਆ ਬਤੌਰ ਅਨਾਊਂਸਮੈਂਟ ਦੀ। ਸੋ 3 ਸਿਲੈਕਸ਼ਨਾਂ ਸਾਡੀਆਂ ਐਸ ਐਸ ਬੋਰਡ ਦੀ, 2 ਸਰਵਿਸ ਕਮਿਸ਼ਨ ਦੀਆਂ। ਇੱਕੋ ਟਿਊਸ਼ਨ ਦੀ ਸੀ ਇਹਨਾਂ ਤੋਂ, ਉਹਦੇ ਨਾਲ ਹੀ ਉਹਨਾਂ ਨੂੰ ਬਹੁਤ ਵਧੀਆ ਗਿਆਨ ਹੋਇਆ। ਉਮੀਦ ਸੀਗੀ ਵੀ ਇੱਦਾਂ ਕਰਕੇ 1 ਨਹੀਂ 2 ਨਹੀਂ 3 ਸਿਲੈਕਸ਼ਨਾਂ ਹੋਣਗੀਆਂ? ਨਹੀਂ, ਇਹ ਉਮੀਦ ਨਹੀਂ ਸੀ। ਸਾਨੂੰ ਪਹਿਲਾਂ ਇਹ ਵੀ ਸੀ ਕਿ ਤੁਸੀਂ ਜਿਵੇਂ ਬਹੁਤ ਦੂਰ ਬੈਠੇ ਹੋ ਸ਼ਹਿਰ ਤੋਂ, ਥੋੜ੍ਹਾ ਜਿਹਾ ਵੱਖਰਾ ਜਿਹਾ ਇੰਸਟੀਚਿਊਟ ਸੀ। ਸਾਨੂੰ ਇਹ ਵੀ ਲੱਗਿਆ ਵੀ ਇੱਥੇ ਟਿਊਸ਼ਨ ਵਾਲੇ ਹੁੰਦੇ, ਪਰੰਤੂ ਜਿਹੜੀ ਤੁਹਾਡੀ ਲਿਆਕਤ ਆ, ਥੋੜ੍ਹੇ ਜਿਹੇ ਗੁਣ ਨੇ, ਉਹ ਪਤਾ ਲੱਗਦਾ ਕਿ ਸਾਦਗੀ ਦੇ ਵਿੱਚ ਸਾਰਾ ਕੁਛ ਆ, ਪਰੰਤੂ ਸਾਨੂੰ ਉਮੀਦ ਤੋਂ ਵੱਧ ਕੰਮ ਹੋਇਆ। ਇਹਦੇ ਕੋਲ ਬਹੁਤ ਹੀ ਵਧੀਆ ਮਾਡਰਨ ਤਰੀਕੇ ਦੀ ਪੜ੍ਹਾਈ ਦੇ ਤਰੀਕੇ ਨੇ, ਜਿਸ ਤਰ੍ਹਾਂ ਕੰਪਿਊਟਰਾਈਜ਼ ਸਿਸਟਮ ਸਾਰਾ, ਬੁੱਕਸ ਵਗੈਰਾ ਬਹੁਤ ਵਧੀਆ ਨੇ, ਅਤੇ ਹੋਰ ਇਹਨਾਂ ਕੋਲ ਬੜੇ ਵਧੀਆ ਪ੍ਰਬੰਧ ਨੇ। ਸੋ ਮੈਂ ਆਪਣੇ ਜਿਹੜੇ ਬੇਰੁਜ਼ਗਾਰ ਲੜਕੇ ਨੇ, ਲੜਕੀਆਂ ਦੇ ਸਾਡੇ ਬੱਚੇ ਨੇ, ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਉਹ ਜੇ ਨੌਕਰੀ ਵਾਸਤੇ ਟਰਾਈ ਕਰ ਰਹੇ ਨੇ ਤਾਂ ਇੱਕ ਵਾਰ ਇਸ ਇੰਸਟੀਚਿਊਟ ਦੇ ਵਿੱਚ, ਜਿਹੜਾ ਐਟਮੋਸਫੇਅਰ ਨਿਪੁਣੀ ਚਲਾ ਰਹੇ ਨੇ, ਉਹ ਜ਼ਰੂਰ ਆ ਕੇ ਇਹਦੇ ਵਿੱਚ ਪਰਮਿਸ਼ਨ ਲੈਣ। ਧੰਨਵਾਦ।